हाँ जी हाँ जी हेलो साहब सत्या जी। हाँ जी कौन जी? मैं गुरजंट बोल रहा, मेरी माता के फोन तो फोन लाया, मेरे च पैसे लगे, थोड़ा फोन मेरे आई जाता सी। गुरजंट यार तू कल नहीं आया छोटे बाबा मेरी गल सुनो साहब जी, मेरे को ना कल मैं सोने का करया सी हल, मेरे को 30,000 रुपया हो गया 35। ਨਹੀਂ ਨਹੀਂ ਉਹ ਨਹੀਂ ਪਹਿਲਾਂ ਤੁਸੀਂ ਮੇਰੇ ਕੋਲ ਆ ਜਾਓ, ਇੰਨੇ ਕੁ ਆਪਾਂ ਚਲਾ ਲਾਂਗੇ ਪਹਿਲਾਂ 50 ਦਾ।
ਠੀਕ ਆ ਵੀ ਜਾਣੀ ਕਿ 50 ਸਾਲ ਲਾਣੀ ਵੀ 15 ਕਿਲ ਹੋਲਡ ਕੇ 50 ਦਾ ਤੇ ਮੈਨੂੰ ਮਿਲੋਗੇ ਕਿੱਥੇ ਫਿਰ ਆਪਣਾ ਤੁਹਾਨੂੰ ਕਿੱਥੇ ਆ ਕੇ ਫੋਨ ਲਾਵਾਂ ਉੱਥੇ ਰਿੰਗ ਕਰ ਲਿਓ ਮੈਨੂੰ ਕੋਈ ਨੀ ਕਦੋਂ ਕੰਮ ਹੋਗਾ ਜੀ ਕਦੋਂ ਕੰਮ ਹੋਗਾ ਮੈਂ ਤਾਂ ਬਸ ਪਹੁੰਚੇ ਰਹਿਣਾ ਗਾ 5-7 ਮਿੰਟ 'ਚ ਠੀਕ ਆ ਜਾਣੀ ਕਿ 50 ਜ਼ਰੂਰੀ ਹੈਗਾ ਉਹ ਬਾਅਦ 'ਚ ਕਰਾਂਗੇ ਜਿਹੜਾ ਮਸ਼ੀਨ ਵਾਲਾ ਉਹ ਫਿਰ ਕਰ ਲੈ ਕੋਈ ਨੀ ਯਾਰ ਕੋਈ ਨੀ ਉਹ ਮੈਂ ਕੱਢੂ ਹੱਲ ਕੋਈ ਫਿਰ ਹਾਂ ਤੇ ਆਪਣਾ ਮੇਰੀ ਗੱਲ ਮੈਨੂੰ ਪਹਿਲਾਂ ਦੱਸਦਾ ਵੀ ਇਹੋ ਜਿਹੀ ਗੱਲ ਦਾ ਮੈਂ ਕੋਈ ਹੋਰ ਹੱਲ ਕੱਢ ਲੈਂਦਾ ਫਿਰ ਚੱਲ ਕੋਈ ਤੇ ਉਹ ਮੇਰੀ ਗੱਲ ਸੁਣੋ ਜੀ ਕਮਲ ਤਹਿਸੀਲਦਾਰ ਸਾਹਿਬ ਹੁਣ ਤਾਂ ਨਹੀਂ ਆਪ ਤੁਸੀਂ ਆਪ ਆਪ ਹੀ ਕਰੋਗੇ ਨਾ ਜਿਹੜਾ ਕੋਈ ਹਾਂ ਮੈਂ ਆਪ ਹੀ ਸੈੱਟ ਕਰ ਲਓ ਮੇਰਾ ਕੰਮ ਆ ਕੋਈ ਗੱਲ ਨਹੀਂ ਬਲੰਟ ਕਬਜ਼ਾ ਜਿਹੜਾ ਲੈਣਾ ਗਾ ਮੈਂ ਕਿਹਾ ਪਰਵਾਹ ਨਾ ਮਾਨ ਯਾਰ ਚਾਹੇ ਡੀਸੀ ਤੋਂ ਕਰਾਉਣਾ ਪੈ ਜਾਵੇ ਠੀਕ ਹੈ ਹਾਂ ਤੇ ਬਾਕੀ ਆਪਣੀ ਕਦੋਂ ਆ ਮਿਹਨਤੀ ਮੁਹਨਤੀ ਫਿਰ ਕਦੋਂ ਤੱਕ ਤੁਸੀਂ ਦੱਸੋਗੇ ਮੈਨੂੰ ਆਹ ਕੰਮ ਤੁਸੀਂ ਬਹਿ ਕੇ ਗੱਲਾਂ ਕਰਾਂਗੇ ਠੀਕ ਆ ਜੀ ਧੰਨਵਾਦ ਤੁਹਾਡਾ ਆਹ ਨੰਬਰ ਮੇਰੀ ਮਾਤਾ ਜੀ ਦਾ ਫੇਰ ਕਰ ਲਓ ਨਾਲ ਕੋਈ ਨਹੀਂ ਮੇਰਾ ਤੁਹਾਡੇ ਕੋਲ ਮੈਂ ਤਾਂ ਤਾਂ ਹੀ ਨਹੀਂ ਚੱਕਦਾ ਹੋਣਾ ਫਿਰ ਵਾਧੂ ਨੰਬਰ ਨਹੀਂ ਮੈਂ ਚੱਕਦਾ ਹੋਣਾ ਨਹੀਂ 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 ਹੁਣ ਆਹ ਤੁਸੀਂ ਬਸ ਕਰ ਲਓ ਹੁਣ ਮੇਰੀ ਗੱਲ ਸੁਣਿਓ ਆਪਾਂ ਕਿਸੇ ਹੋਰ ਫੋਨ ਤੋਂ ਦਾ ਨਾਮ ਫੋਨ ਲਾਈਏ ਤੇ ਅੱਜ ਕੱਲ ਪੜਦਾ ਹੁੰਦਾ ਨਹੀਂ ਨਹੀਂ ਲੋੜ ਵੀ ਨਹੀਂ ਹੁੰਦੀ ਬਾਕੀ ਤੁਸੀਂ ਮੈਨੂੰ ਰਿੰਗ ਕਰ ਲਿਓ ਮੈਂ ਬਾਹਰ ਆ ਜਾਊਂ ਉੱਥੇ ਬਹਿ ਕੇ ਨਾ 10 ਮਿੰਟ ਠੀਕ ਆ ਕਿਉਂਕਿ ਹੁਣ ਪਤਾ ਕੀ ਹੈ ਜੀ ਬੱਚਾ ਦੇਖੋ ਛੋਟਾ ਜਿਹਾ ਕਿਹੜੇ ਬੰਦੇ ਪਾਈਦੇ ਹੋ ਕੋਪ ਵਾਲੇ ਕਿਹੜੇ ਕਹਿੰਦੇ ਸੀ ਤੂੰ ਬਾਈ ਦੇ ਹਾਂ ਜੀ ਤੂੰ ਕੋਪ ਵਾਲੇ ਆਹੋ ਹਾਂ ਤੇ ਹੁਣ ਛੋਟਾ ਬੱਚਾ ਦਾ ਤੁਸੀਂ ਨਹੀਂ ਪਤਾ ਵੀ ਮਾਤਾ ਕੀ ਵੀ ਕਿਰਾਏ ਤੇ ਰਹਿੰਦੇ ਆ ਦਿਹਾੜੀਦਾਰ ਬੰਦੇ ਆ ਜੀ ਤੁਸੀਂ ਨਾ 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 ਬਸ ਤੂੰ ਬਾਹਰ ਨਾ ਕਰ ਯਾਰ ਮੈਨੂੰ ਠੀਕ ਨਹੀਂ ਲੱਗਦਾ ਫਿਰ ਠੀਕ ਆ ਬਸ 50 ਦਾ ਮੈਂ ਕਰਕੇ ਆ ਜਾਣਾ ਠੀਕ ਆ ਠੀਕ ਆ ਵੀਰੇ ਕੋਈ ਗੱਲ ਨਹੀਂ ਠੀਕ ਆ ਜੀ ਧੰਨਵਾਦ ਓਕੇ ਓਕੇ ਗੁਰਜੰਟ ਕਿੱਥੇ ਆ ਹਾਂਜੀ ਸਰ ਆ ਜਾਓ ਫਿਰ ਨਾ ਮੈਂ ਆਹ ਬਸ ਤਿਆਰ ਹੀ ਸੀਗਾ ਤੁਸੀਂ ਕਿੱਥੇ ਹੋ ਹਾਂਜੀ ਕਿੱਥੇ ਆ ਗਏ ਤੁਸੀਂ ਕਿੱਥੇ ਹੋ ਗਏ ਮੈਂ ਤਾਂ ਹਜੇ ਘਰੇ ਸੀਗਾ ਤੁਸੀਂ ਫਿਰ ਫੋਨ ਤਾਂ ਮੈਨੂੰ ਲਾਇਆ ਨਹੀਂ ਤੁਸੀਂ ਤਾਂ ਆ ਜਾਓ ਕਿੱਥੇ ਮਿਲੋਗੇ ਮੈਂ ਕੋਈ ਨਹੀਂ ਹਜੇ ਤਾਂ ਕੈਬਨ 'ਚ ਆ ਜਾਓ ਤੇ ਫਿਰ ਆਪਾਂ ਉਸ ਬਾਅਦ ਨਿਕਲ ਚੱਲਾਂਗੇ ਅੱਛਾ ਵੀ ਪਹਿਲਾਂ ਕੈਬਨ ਜਿਹੜਾ ਆਪਾਂ ਕੈਬਨ 'ਚ ਬੈਠੇ ਆ ਨਾ ਉੱਥੇ ਆ ਜਾਓ ਹਜੇ ਤਾਂ ਠੀਕ ਆ ਪਰ ਉੱਥੇ ਆਈਏ ਆ ਜਾਓ ਬਾਹਰ ਟਾਈਮ ਨਾਲ ਆਇਓ ਫਿਰ ਫਿਰ ਛੁੱਟੀਆਂ ਆ ਗਈਆਂ ਤਿੰਨ ਅੱਜ ਆਪਾਂ ਕੁਛ ਨਾ ਕਰਾ ਲਈਏ ਠੀਕ ਆ ਬਸ ਤਿੰਨ ਛੁੱਟੀਆਂ ਆਉਂਦੀਆਂ ਨਾ ਅੱਜ ਆਪਾਂ ਕਰਾ ਲਈਏ ਉਹਨੂੰ ਠੀਕ ਆ ਬਸ 50,000 ਰੁਪਇਆ ਲੈ ਕੇ ਆ ਜਾਈਏ ਉਦੋਂ ਬਾਅਦ 'ਚ ਬਾਅਦ ਕਾਰਡ ਕਰ ਲਾਂਗੇ ਕੋਈ ਨਹੀਂ ਗੱਲ ਦਾ ਕੋਈ ਛੋਟੀ ਵੀਰ ਕੋਈ ਗੱਲ ਨਹੀਂ ਠੀਕ ਆ ਜੀ ਠੀਕ ਆ ਧੰਨਵਾਦ ਓਕੇ ਜੀ ਓਕੇ ਜੀ ਓਕੇ ਠੀਕ